ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਨੀਤਾਂ ਮਾਨੀ ਰਿਲਾਇੰਸ ਗਰੁੱਪ ਦੇ ਮਾਲਕ ਮੁਕੇਸ਼ ਅਮਪਾਨੀ ਦੀ ਪਤਨੀ ਨੀਤਾਂ ਮਾਨੀ ਆਈਪੀਐਲ 2023 ਦੇ ਵਿੱਚ ਮੁੰਬਈ ਇੰਡੀਅਨਸ ਐਮਆਈ ਦੀ ਜਿੱਤ ਲਈ ਪ੍ਰਾਰਥਨਾ ਕਰਨ ਲਈ ਬੁੱਧਵਾਰ ਦੇਜਾਤ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਇਸ ਦੌਰਾਨ ਉਹਨਾਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾਂ ਤਾਂ ਮੱਥਾ ਟੇਕਿਆ ਅਤੇ ਮੁੰਬਈ ਇੰਡੀਅਨਸ ਟੀਮ ਲਈ ਅਰਦਾਸ ਕੀਤੀ ਤਾਜ਼ੀਏ ਕੇ ਨੀਤਾ ਬਾਨੀ ਐਮ ਆਈ ਟੀਮ ਦੀ ਜਰਸੀ ਪਹਿਨ ਕੇ ਹਰਮੰਦਰ ਸਾਹਿਬ ਵਿਖੇ ਪਹੁੰਚੇ ਅਤੇ ਉਸ ਤੋਂ ਬਾਅਦ ਉਹ ਸਿੱਧਾ ਸੂਚਨਾ ਕੇਂਦਰ ਪਹੁੰਚੇ ਜਿੱਥੇ ਉਹਨਾਂ ਨੇ ਗੁਲਾਬੀ ਚੁੰਨੀ ਲੈ ਕੇ ਸਿੱਖ ਰੀਤੀ ਰਿਵਾਜਾਂ ਦੇ ਅਨੁਸਾਰ ਆਪਣਾ ਸਿਰ ਟਕਿਆ ਇਸ ਤੋਂ ਬਾਅਦ ਉਹਨਾਂ ਨੇ ਪਰਿਕਰਮਾ ਕੀਤੀ ਉਹਨਾਂ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਅਤੇ ਐਮ ਆਈ ਯਾਨੀ ਕਿ ਮੁੰਬਈ ਇੰਡੀਅਨਸ ਵਾਸਤੇ ਉਹਨਾਂ ਦੀ ਜਿੱਤ ਵਾਸਤੇ ਪ੍ਰਾਰਥਨਾ ਕੀਤੀ ਦੱਸਿਏ ਕਿ ਆਈਪੀਐਲ 2023 ਮੈਚ ਲਗਾਤਾਰ ਹੀ ਚੱਲ ਰਿਹਾ ਹੈ ਇਸ ਦੌਰਾਨ ਹੁਣ ਮੁੰਬਈ ਇੰਡੀਅਨਸ ਦੀ ਜਿੱਤ ਵਾਸਤੇ ਬਿਲਕੁਲ ਇੱਥੇ ਕਹਿ ਸਕਦੇ ਹਾਂ ਕਿ ਰਿਲਾਈਐਂਸ ਗਰੁੱਪ ਦੇ ਮਾਲਕ ਜੋ ਨੇ ਮੁਕੇਸ਼ ਅੰਬਾਨੀ ਉਹਨਾਂ ਦੀ ਧਰਮ ਪਤਨੀ ਨੀਤਾ ਅੰਬਾਨੀ ਆਈਪੀਐਲ 2023 ਦੇ ਵਿੱਚ ਮੁੰਬਈ ਇੰਡੀਅਨਸ ਦੀ ਵੱਡੀ ਜਿੱਤ ਵਾਸਤੇ ਅਰਦਾਸ ਕਰਨ ਵਾਸਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਹੈ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਨੀਤਾ अंबानी ਰਿਲਾਇੰਸ ਗਰੁੱਪ ਦੇ ਮਾਲਕ ਮੁਕੇਸ਼ ਅੰਪਾਨੀ ਦੀ ਪਤਨੀ ਨੀਤਾ अंबानी ਆਈਪੀਐਲ 2023 ਦੇ ਵਿੱਚ ਮੁੰਬਈ ਇੰਡੀਅਨਸ ਐਮਆਈਡੀ ਜੱਦ ਲਈ ਪ੍ਰਾਰਥਨਾ ਕਰਨ ਲਈ ਬੁੱਧਵਾਰ ਦੇਜਾਤ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਇਸ ਦੌਰਾਨ ਉਹਨਾਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾਂ ਤਾਂ ਮੱਥਾ ਟੇਕਿਆ ਅਤੇ ਮੁੰਬਈ ਇੰਡੀਅਨਸ ਟੀਮ ਲਈ ਅਰਦਾਸ ਕੀਤੀ ਤਾਜ਼ੀਏ ਕਿ ਨੀਤਾ ਬਾਨੀ ਐਮ ਆਈ ਟੀਮ ਦੀ ਜਰਸੀ ਪਹਿਨ ਕੇ ਹਰਮੰਦਰ ਸਾਹਿਬ ਵਿਖੇ ਪਹੁੰਚੇ ਅਤੇ ਉਸ ਤੋਂ ਬਾਅਦ ਉਹ ਸਿੱਧਾ ਸੂਚਨਾ ਕੇਂਦਰ ਪਹੁੰਚੇ ਜਿੱਥੇ ਉਹਨਾਂ ਨੇ ਗੁਲਾਬੀ ਚੁੰਨੀ ਲੈ ਕੇ ਸਿੱਖ ਰੀਤੀ ਰਿਵਾਜਾਂ ਦੇ ਅਨੁਸਾਰ ਆਪਣਾ ਸੇਟ ਟਕਿਆ ਇਸ ਤੋਂ ਬਾਅਦ ਉਹਨਾਂ ਨੇ ਪਰਿਕਰਮਾ ਕੀਤੀ ਉਹਨਾਂ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਅਤੇ ਐਮ ਆਈ ਯਾਨੀ ਕਿ ਮੁੰਬਈ ਇੰਡੀਅਨਸ ਵਾਸਤੇ ਉਹਨਾਂ ਦੀ ਜਿੱਤ ਵਾਸਤੇ ਪ੍ਰार्थਨਾ ਕੀਤੀ ਦੱਸਿਏ ਕਿ ਆਈਪੀਐਲ 2023 ਮੈਚ ਲਗਾਤਾਰ ਹੀ ਚੱਲ ਰਿਹਾ ਹੈ ਇਸ ਦੌਰਾਨ ਹੁਣ ਮੁੰਬਈ ਇੰਡੀਅਨਸ ਦੀ ਜਿੱਤ ਵਾਸਤੇ ਬਿਲਕੁਲ ਇੱਥੇ ਕਹਿ ਸਕਦੇ ਹਾਂ ਕਿ ਰਿਲਾਇੰਸ ਗਰੁੱਪ ਦੇ ਮਾਲਕ ਜੋ ਨੇ ਮੁਕੇਸ਼ ਅੰਬਾਨੀ ਉਹਨਾਂ ਦੀ ਧਰਮ ਪਤਨੀ ਨੀਤਾ ਅੰਬਾਨੀ ਆਈਪੀਐਲ 2023 ਦੇ ਵਿੱਚ ਮੁੰਬਈ ਇੰਡੀਅਨਸ ਦੀ ਵੱਡੀ ਜਿੱਤ ਵਾਸਤੇ ਅਰਦਾਸ ਕਰਨ ਵਾਸਤੇ ਸਤਿਕਾਰਨ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ